ਝਾਰਖੰਡ ਦੇ ਵਿੱਚ ਅੱਜ ਵੱਡਾ ਰੇਲ ਹਾਦਸਾ ਹੋਇਆ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 20 ਲੋਕ ਘਾਇਲ ਹੋ ਚੁੱਕੇ ਨੇ। ਤਾਂ ਚੱਕਰਧਰਪੁਰ ਦੇ ਹਾਵੜਾ ਮੁੰਬਈ ਮੇਲ ਦੇ 18 ਡੱਬੇ ਪਟਰੀ ਤੋਂ ਉਤਰੇ ਨੇ। ਇਸ ਪੂਰੀ ਘਟਨਾ ਦਾ ਡਰੋਨ ਵੀਡੀਓ ਸਾਹਮਣੇ ਆਇਆ, ਜੋ ਕਿ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਇਸ ਤੋਂ ਇਲਾਵਾ ਦੱਸ ਦਈਏ ਕਿ ਝਾਰਖੰਡ ਦੇ ਵਿੱਚ ਇਹ ਹਾਵੜਾ ਮੁੰਬਈ ਮੇਲ ਐਕਸਪ੍ਰੈਸ 1280 ਟ੍ਰੇਨ ਦੀ ਸਾਰੀ ਬੋਗੀਆਂ ਜਿਹੜੀਆਂ ਨੇ, ਸਾਰੇ ਡੱਬੇ ਨੇ ਪਟਰੀ ਤੋਂ ਉਤਰੇ ਨੇ। ਕਈ ਲੋਕਾਂ ਦੇ ਦਬੇ ਹੋਣ ਦੀ ਵੀ ਜਿਹੜੀ ਆਸ਼ੰਕਾ ਹੈ ਉਹ ਵੀ ਦੱਸੀ ਜਾਂਦੀ ਹੈ। ਹੋ ਸਕਦਾ ਕਿ ਕਾਫੀ ਲੋਕ ਥੱਲੇ ਦੱਬੇ ਹੋਣ, ਕਿ ਰੈਸਕਿਊ ਜਿਹੜਾ ਚਲਾਇਆ ਜਾ ਰਿਹਾ ਹੈ। ਤਾਂ ਟ੍ਰੇਨ ਹਾਦਸੇ ਦਾ ਇਹ ਵੀਡੀਓ ਸਾਹਮਣੇ ਆਇਆ ਹੈ। ਦੱਸ ਦਈਏ ਕਿ ਝਾਰਖੰਡ ਦੇ ਵਿੱਚ ਟ੍ਰੇਨ ਦੀ ਪਟਰੀ ਤੋਂ ਉਤਰਨ ਦੀ ਘਟਨਾ 'ਤੇ ਸਮਾਜਵਾਦੀ ਪਾਰਟੀ ਪ੍ਰਮੁੱਖ ਅਖਿਲੇਸ਼ ਯਾਦਵ ਦਾ ਵੀ ਬਿਆਨ ਜਿਹੜਾ ਸਾਹਮਣੇ ਆਇਆ, ਜਿਸ ਵਿੱਚ ਉਹ ਕਹਿੰਦੇ ਨੇ ਕਿ ਸਰਕਾਰ ਲੱਗਦਾ ਹਰ ਚੀਜ਼ 'ਚ ਰਿਕਾਰਡ ਬਣਾਉਣਾ ਚਾਹੁੰਦੀ ਹੈ, ਕਿਉਂਕਿ ਕੁਝ ਦਿਨ ਪਹਿਲਾਂ ਪੇਪਰ ਲੀਕ ਰਿਕਾਰਡ ਚੱਲ ਰਿਹਾ ਸੀ ਅਤੇ ਹੁਣ ਟ੍ਰੇਨ ਦੁਰਘਟਨਾ ਦਾ ਜਿਹੜਾ ਰਿਕਾਰਡ ਹੈ ਉਹ ਬਣਦਾ ਜਾ ਰਿਹਾ। ਤਾਂ ਇੱਕ ਨਜ਼ਰ ਇਸ ਬਿਆਨ 'ਤੇ ਵੀ ਪਾ ਲੈਂਦੇ ਹਾਂ। ਲਗਤਾ ਤੋ ਯੇ ਕਿ ਸਰਕਾਰ ਹਰ ਚੀਜ਼ ਮੇਂ ਰਿਕਾਰਡ ਬਣਾਉਣਾ ਚਾਹਤੀ ਹੈ। ਅਭੀ ਕੁਛ ਦਿਨ ਪਹਿਲੇ ਪੇਪਰ ਰਿਕਾਰਡ, ਪੇਪਰ ਲੀਕ ਰਿਕਾਰਡ ਚੱਲ ਰਿਹਾ ਥਾ, ਪਰੀਕਸ਼ਾਓ ਕੇ ਪੇਪਰ ਲੀਕ ਹੋ ਰਹੇ ਥੇ, ਉਸਕਾ ਵੀ ਰਿਕਾਰਡ ਬਣਨੇ ਜਾ ਰਹਾ ਹੈ। ਔਰ ਲਗਤਾ ਉਸੀ ਕੇ ਪੀਛੇ ਪੀਛੇ ਟ੍ਰੇਨ ਕੇ ਐਕਸੀਡੈਂਟ ਕਾ ਵੀ ਰਿਕਾਰਡ ਬਣਨੇ ਜਾ ਰਹਾ ਹੈ। ਆਖਿਰਕਾਰ ਸਰਕਾਰ ਜੋ ਦਾਵਾ ਕਰਤੀ ਹੈ ਸਿਕਿਉਰਿਟੀ ਐਂਡ ਸੇਫਟੀ ਕਾ, ਔਰ ਇਤਨਾ ਬੜਾ ਬਜਟ ਉਨਕੇ ਪਾਸ ਹੈ, ਉਸਕੇ ਬਾਅਦ ਵੀ ਐਕਸੀਡੈਂਟ ਕਿਉਂ ਹੋ ਰਹੇ ਹੈ, ਆਮ ਲੋਕਾਂ ਕੋ ਸੁਵਿਧਾਏ ਕਿਉਂ ਨਹੀਂ ਮਿਲ ਰਹੀ ਹੈ, ਜਿਨ ਜਾਨ ਜਾ ਰਹੀ ਹੈ, ਜੋ ਆਜ ਐਕਸੀਡੈਂਟ ਹੁਆ ਹੈ, ਜਾਨ ਜਾਣੇ ਵਾਲੋਂ ਕੀ ਸਰਕਾਰ ਮਦਦ ਕਰੇ ਔਰ ਭਵਿਸ਼ ਮੇਂ ਐਸੇ ਐਕਸੀਡੈਂਟ ਨਾ ਹੋ, ਕਮ ਸੇ ਕਮ ਇਸਕੇ ਲੀਏ ਕੋਈ ਪੁਖਤਾ ਇੰਤਜ਼ਾਮ ਸਰਕਾਰ ਕਰੇ। ਤਾਂ ਉੱਥੇ ਦੱਸ ਦਈਏ ਕਿ ਇਹ ਬਾਰਮ ਬੰਬੋ ਰੇਲਵੇ ਸਟੇਸ਼ਨ ਦੇ ਕੋਲ ਇਹ ਹਾਦਸਾ ਜਿਹੜਾ ਹੋਇਆ, ਹਾਵੜਾ ਮੁੰਬਈ ਮੇਲ ਐਕਸਪ੍ਰੈਸ ਜਿਹਦੇ ਵਿੱਚ ਦੁਰਘਟਨਾ ਗ੍ਰਸਤ ਜਿਹੜੀ ਹੈ ਹੋਈ ਹੈ। ਦੱਸਿਆ ਜਾ ਰਿਹਾ ਕਿ ਰੇਲ ਦੇ 18 ਕੋਚ ਪਟਰੀ ਤੋਂ ਉਤਰੇ ਆ। ਫਿਲਹਾਲ ਹਾਦਸੇ ਦੇ ਵਿੱਚ ਕਈ ਲੋਕ ਘਾਇਲ ਵੀ ਦੱਸੇ ਜਾਂਦੇ ਨੇ, ਕੁਛ ਲੋਕ ਉੱਥੇ ਹੀ ਦੱਸੇ ਜਾਂਦੇ ਨੇ ਕਿ ਹੋ ਸਕਦਾ ਟ੍ਰੇਨ ਦੇ ਥੱਲੇ ਦੱਬੇ ਹੋਣ। ਤਾਂ ਜਦੋਂ ਇਹ ਹਾਦਸਾ ਹੁੰਦਾ ਤਾਂ ਮੌਕੇ 'ਤੇ ਰੇਲਵੇ ਕਰਮਚਾਰੀਆਂ ਦੇ ਨਾਲ ARM ADRM ਅਤੇ CKP ਦੀ ਟੀਮ ਵੀ ਪਹੁੰਚ ਜਾਂਦੀ ਹੈ, ਜਿੱਥੇ ਜਿਹੜੇ ਲੋਕ ਜ਼ਖਮੀ ਹੋਏ ਨੇ ਬੁਰੀ ਤਰੀਕੇ ਦੇ ਨਾਲ ਉਹਨਾਂ ਦਾ ਰੈਸਕਿਊ ਕੀਤਾ ਜਾਂਦਾ। ਤਾਂ ਘਟਨਾ ਦੀ ਪੁਸ਼ਟੀ ਕਰਦੇ ਹੋਏ ਇੱਕ ਅਧਿਕਾਰੀ ਦਾ ਦੱਸਣਾ ਹੈ ਕਿ 1280 ਹਾਵੜਾ CSMT ਐਕਸਪ੍ਰੈਸ ਨੇ ਸਵੇਰੇ ਕਰੀਬ 3:45 ਚੱਕਰਧਰਪੁਰ ਡਿਵੀਜ਼ਨ ਤੋਂ ਰਾਜਖਰ ਸਵਾ ਵੈਸਟ ਆਊਟ ਅਤੇ ਬਾਰਾ ਬੰਬੋ ਦੇ ਵਿੱਚ ਚੱਕਰਧਰਪੁਰ ਦੇ ਕੋਲ 18 ਕੋਚ ਦੇ ਪਟਰੀ ਆ ਜਿਹੜੇ ਉਹ ਉਤਰਨ ਦੀ ਜਿਹੜੀ ਉਹਨਾਂ ਨੂੰ ਜਾਣਕਾਰੀ ਆ ਮਿਲੀ ਸੀ, ਜਿਸ ਤੋਂ ਬਾਅਦ ਉਹ ਪਹੁੰਚੇ ਨੇ। ਤਾਂ ਟ੍ਰੇਨ ਦੀ ਹਾਲਤ ਦੱਸ ਰਹੀ ਹੈ ਕਿ ਹਾਦਸਾ ਕਿੰਨਾ ਵੱਡਾ ਹੋਇਆ, ਕਿ ਪਿਛਲੇ 13 ਦਿਨਾਂ ਦੇ ਵਿੱਚ ਇਹ 7ਵਾਂ ਰੇਲ ਹਾਦਸਾ ਹੈ। ਜ਼ਿੰਮੇਦਾਰੀ ਕਿਸ ਦੀ ਹੈ ਪਤਾ ਨਹੀਂ ਹੈ, ਕਿਉਂਕਿ ਇੱਦਾਂ ਲੱਗਦਾ ਹੈ ਕਿ ਸਰਕਾਰ ਹੈ ਜਿਹੜੀ ਹਾਲੇ ਤੱਕ ਵੀ ਸੋ ਰਹੀ ਹੈ। ਇੰਨੇ 13 ਦਿਨਾਂ ਦੇ ਵਿੱਚ 7ਵਾਂ ਰੇਲ ਹਾਦਸਾ ਹੋ ਚੁੱਕਿਆ, ਜਿਸ ਵਿੱਚ ਕਿੰਨੇ ਲੋਕਾਂ ਦੇ ਦਬੇ ਹੋਣ ਦੀ ਵੀ ਉਮੀਦ ਦੱਸੀ ਜਾ ਰਹੀ ਹੈ। ਇੰਨੇ ਲੋਕਾਂ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਹੈ ਜਿਹੜਾ ਉਸ ਵੱਲੋਂ ਜਿਹੜਾ ਚੁੱਪੀ ਸਾਧੀ ਹੋਈ ਹੈ। ਤਾਂ ਜ਼ਿੰਮੇਦਾਰੀ ਜਿਹੜੀ ਹੈ ਕੋਈ ਲੈਣ ਨੂੰ ਤਿਆਰ ਨਹੀਂ ਹੈ। ਇਸ ਮਾਮਲੇ ਦੇ ਵਿੱਚ ਤੁਹਾਡਾ ਕੀ ਵਿਚਾਰ ਹੈ, ਜ਼ਰੂਰ ਸਾਂਝਾ ਕਰੋ।